ਲੁਧਿਆਣਾ ਵਿੱਚ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਅਧਿਆਪਕ ਯੂਨੀਅਨ ਨੇ ਮਿੰਨੀ ਸਚਿਵਾਲਿਆ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਦੇ ਨਾਲ ਕਿਸਾਨ ਮੁਲਾਜ਼ਮ ਮਜ਼ਦੂਰ ਯੂਨੀਅਨ ਨੇ ਹਿੱਸਾ ਲਿਆ ਤੇ ਰਾਜ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਅਧਿਆਪਕਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਪਰ ਵੇਤਨ 65 ਤੋਂ 75% ਤੱਕ ਕਟੌਤੀ ਕਰਨ ਅਤੇ ਅਧਿਆਪਕ ਆਗੂਆਂ ਨੂੰ ਮੁਅੱਤਲ ਕੀਤੇ ਜਾਣ ਕਾਰਨ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਪ੍ਰਦਰਸ਼ਨ ਦਾ ਮਕਸਦ ਸਰਕਾਰ ਤੇ ਦਬਾਅ ਪਾਉਣਾ, ਤਾਂ ਉੱਥੇ ਹੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਕਿ ਅਧਿਆਪਕਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਕਿਉਂਕਿ ਅਧਿਆਪਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਪੜ੍ਹਾ ਰਹੇ ਹਾਂ ਸਾਨੂੰ ਕਿੰਨੇ 14 ਸਾਲ ਹੋ ਗਏ ਪੜ੍ਹਾਉਂਦਿਆਂ ਨੂੰ ਇੱਥੇ, ਪਰ ਸਰਕਾਰ ਨੇ ਅੱਜ ਤੱਕ ਸਾਡੀ ਕੋਈ ਵੀ ਮਤਲਬ ਸੁਣਵਾਈ ਨਹੀਂ ਕੀਤੀ। ਬਹੁਤ ਜ਼ਿਆਦਾ ਸੰਘਰਸ਼ ਕੀਤਾ ਪਰ ਅੱਜ ਵੀ ਸਾਡੀ ਮਤਲਬ ਕੋਈ ਸੁਣਵਾਈ ਨਹੀਂ ਹੈਗੀ। ਸਾਨੂੰ ਪ੍ਰੀ ਪ੍ਰਾਇਮਰੀ ਕਲਾਸਾਂ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਇਹ ਸੋਚੋ ਵੀ ਇੰਨੀਆਂ ਜਥੇਬੰਦੀਆਂ ਇੱਥੇ ਬੈਠੀਆਂ ਹੋਈਆਂ, ਐਸੇ ਐਸੇ ਰਮਸਾ ਵਾਲੇ ਜਿਨ੍ਹਾਂ ਨੂੰ ਰੈਗੂਲਰ ਕਰ ਰਹੇ ਆ, ਪਰ ਉਹਨਾਂ ਦੀ ਸੈਲਰੀ ਵੀ ਮਤਲਬ ਦੇਖੋ ਕਿੰਨੀ ਘੱਟ ਕਰ ਰਹੇ ਆ। ਜਦ ਉਹਨਾਂ ਦੀ ਸੈਲਰੀ ਉਹ ਘਟਾ ਰਹੇ ਹੈਗੇ ਆ ਅਤੇ ਸਾਡੀ ਤਾਂ ਫਿਰ 5,000 ਆ। ਅਤੇ ਅਸੀਂ ਵੀ ਸਕੂਲਾਂ ਦੇ ਵਿੱਚ ਪ੍ਰੋਪਰ 14-14 ਸਾਲ ਹੋ ਗਏ ਸਾਨੂੰ ਪੜ੍ਹਾਉਂਦਿਆਂ ਨੂੰ। ਸਾਡੇ ਸਾਰੇ ਅਧਿਆਪਕਾਂ ਨਾਲ ਇੰਨਾ ਧੱਕਾ ਹੋ ਰਿਹਾ ਵੈ, ਇੰਨੀਆਂ ਜਥੇਬੰਦੀਆਂ, ਇੰਨੇ ਲੋਕ ਜੇ ਸਾਡੇ ਨਾਲ ਖੜ੍ਹੇ ਆ ਤਾਂ ਸਾਡਾ ਤਕਲੀਫ, ਸਾਡਾ ਦੁੱਖ ਦੇਖ ਕੇ ਖੜ੍ਹੇ ਆ। ਹਰੇਕ ਅਧਿਆਪਕ ਨੂੰ ਹਰੇਕ ਸਕੂਲਾਂ ਵਿੱਚ ਦੇਖਿਆ, ਹਰੇਕ ਜਗ੍ਹਾ 'ਤੇ ਸਾਡੇ ਨਾਲ ਐਡੀ ਬੇਇਨਸਾਫੀ ਕੀਤੀ ਜਾ ਰਹੀ ਹੈ। ਸਰਕਾਰ ਨੇ ਵਿਧਾਇਕਾਂ ਨੂੰ ਜਿਹਨੇ ਪਹਿਲਾਂ ਹੀ 1,00,000 1.5-1.5 ਲੱਖ ਲੈਂਦੇ ਆ, ਫ੍ਰੀ ਦਾ ਖਾਂਦੇ ਆ, ਉਹਨਾਂ ਨੂੰ 2-2.5-3-3 ਲੱਖ ਦੇ ਉੱਤੇ ਪਹੁੰਚਾ ਦਿੱਤਾ ਅਤੇ ਸਾਨੂੰ 5,000, 10,000, 15,000। ਸੋਚਣ ਵਾਲੀ ਗੱਲ ਆ ਵੀ ਜੇ 5,000 'ਚ ਤਾਂ ਦੁੱਧ ਨਹੀਂ ਬੱਚੇ ਦਾ ਪੂਰਾ ਪੈਂਦਾ, ਅਸੀਂ ਆਪਣੇ ਆਪਣੇ ਘਰ ਚਲਾ ਰਹੇ ਹਾਂ। ਸਾਂਝੇ ਮੋਰਚੇ ਦੇ ਬੈਨਰ ਹੇਠ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅਤੇ ਸਾਨੂੰ ਇਹ ਕਿਹਾ ਜਾ ਰਿਹਾ ਵਾ ਕਿ 42,000 ਤੁਹਾਡੀ 800 ਤਨਖਾਹ ਹੈ ਅਤੇ ਤੁਸੀਂ 15,300 ਲੈ ਲਓ ਅਤੇ ਕਲਿੱਕ ਕਰੋ। ਕਈ ਸਾਡੇ ਸਾਥੀ ਜਿਹੜੇ ਉਹ ਚਲੋ ਕਲਿੱਕ ਕਰ ਵੀ ਗਏ ਆ ਅਤੇ ਉਹ ਵੀ ਮਜਬੂਰੀਆਂ ਸੀਗੀਆਂ ਕਿ ਸਰਕਾਰ ਨੇ ਕਿਹਾ ਕੀ ਹੈ ਕਿ ਤੁਹਾਨੂੰ ਜੇ ਤੁਸੀਂ ਇੱਥੇ ਨੇੜੇ ਬੈਠੇ ਹੋ ਆਪਣੀ ਜਗ੍ਹਾ ਦੇ ਪੋਸਟ 'ਤੇ ਤਾਂ ਤੁਹਾਨੂੰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਜਲੰਧਰ, ਤਰਨ ਤਾਰਨ, ਇੱਦਾਂ ਹੀ ਲੁਧਿਆਣੇ ਤੋਂ ਜਲੰਧਰ, ਤਰਨ ਤਾਰਨ, ਇੱਦਾਂ ਦੂਰ ਦੂਰ ਜ਼ਿਲ੍ਹਿਆਂ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਨੇਗੀਆਂ ਅਤੇ ਸਾਡਾ ਜਿਹੜਾ ਅੱਜ ਦਾ ਧਰਨਾ ਹੈ ਉਹ ਅਸੀਂ ਕੱਲ੍ਹ ਨੂੰ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਮੁੱਖ ਮੰਤਰੀ ਦੇ ਨਾਲ ਉਹਦੇ 'ਤੇ ਦਬਾਅ ਪਾਉਣ ਦੇ ਲਈ ਧਰਨਾ ਲਗਾ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਸੇਵਾਵਾਂ ਨੇਗੀਆਂ ਉਹ ਪੂਰੀ ਤਨਖਾਹ ਦੇ ਵਿੱਚ ਰੈਗੂਲਰ ਕੀਤੀਆਂ ਜਾਣ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ, ਮੈਂ ਅਮਰਜੀਤ ਸਿੰਘ ਸੈਦੁਕੇ, ਜ਼ਿਲ੍ਹਾ ਪ੍ਰਧਾਨ ਮੋਗਾ, ਅਸੀਂ ਅੱਜ ਅਧਿਆਪਕਾਂ ਦੇ ਸਾਂਝੇ ਮੋਰਚੇ ਦੀ ਹਮਾਇਤ ਕਰਨ ਵਾਸਤੇ ਆਏ ਹਾਂ ਕਿਉਂਕਿ ਸਾਡੇ ਇਹਨਾਂ ਬੱਚਿਆਂ ਦਾ, ਸਾਡੀ ਜਿਹੜੀ ਸਰਕਾਰ ਆ ਉਹ ਰੁਜ਼ਗਾਰ ਖੋ ਰਹੀ ਆ ਕਿਉਂਕਿ ਤਨਖਾਹਾਂ 'ਚ ਇਹਨਾਂ ਦੇ ਬਹੁਤ ਵੱਡੀ ਕਟੌਤੀ ਕਰਤੀ, 42,300 ਤੋਂ 15,300 ਕਰਤਾ, ਪਰ ਸਾਡੇ ਦੇਸ਼ ਦੇ ਰਾਜਕਰਤਾ ਲੋਕ ਆਪ ਆਪਦੀਆਂ ਤਨਖਾਹਾਂ 2.5-2.5 ਗੁਣੇ ਵਧਾ ਰਹੇ ਆ। ਸਿੱਧਾ ਤਾਂ ਸਪਸ਼ਟ ਆ ਕਿ ਸਾਡੇ ਜਿਹੜੇ ਗਰੀਬ ਲੋਕਾਂ ਕੋਲ ਸਿੱਖਿਆ ਵਿੱਦਿਆ ਉਹਨੂੰ ਖੋਣ ਜਾ ਰਹੇ ਆ, 800 ਸਕੂਲ ਆ ਜਿਹੜਾ ਬੰਦ ਕਰਨ ਜਾ ਰਹੇ ਆ। ਜਿਹੜੀ ਇਹ ਨੀਤੀ ਸਾਡੇ ਅਧਿਆਪਕਾਂ 'ਤੇ ਚਲਾਈ ਜਾ ਰਹੀ ਆ, ਇਹੀ ਨੀਤੀ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ੇ ਦੀ ਦਲਦਲ ਥੱਲੇ ਨੱਪਣ ਦੇ ਜਿਹੜਾ ਜ਼ਿੰਮੇਵਾਰ ਆ, ਇਹੀ ਨੀਤੀ ਦੇ ਕਾਰਨ ਸਾਡਾ ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਜਿਹੜਾ ਅੱਜ ਸਾਡਾ ਕਿਸਾਨ ਪਾਣੀ 'ਚ ਡੁੱਬ ਕੇ ਜਾਣੀ ਦੀ ਮਰ ਰਿਹਾ। ਸੋ ਇਹ ਜਿਹੜੀ ਨੀਤੀ ਆ ਇਹਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ ਕਿਉਂਕਿ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਸਾਡੇ ਬੱਚਿਆਂ ਦਾ, ਜੇ ਸਰਕਾਰੀ ਅਦਾਰੇ ਨਾ ਰਹੇ ਤਾਂ ਸਰਕਾਰੀ ਨੌਕਰੀਆਂ ਨੇ ਵੀ ਨਹੀਂ ਰਹਿਣਾ। ਸਾਨੂੰ ਦੀਦਾ ਇਹ ਅਧਿਆਪਕਾਂ ਦੀ ਲੜਾਈ ਨਹੀਂ, ਸਾਡੀ ਆਪ ਦੀ ਲੜਾਈ ਆ, ਸਾਡੇ ਬੱਚਿਆਂ ਦਾ ਭਵਿੱਖ ਆ ਜਿਹੜਾ ਧੁੰਦਲਾ ਆਉਣ ਵਾਲਾ।